सत श्री अकाल जी, रॉयल कलैक्शन एंड बुटीक राजप्रेस थोड़ा बहुत बहुत स्वागत है जी। ठंड का मौसम आ ते 80 कलर प्लेन पशमीना दे रामटेक्स ब्रांड दे थोड़े वास्ते लैके आए हैं। 80 कलर्स ने जी। पहला तो कलर वाल निगाह मार लो ते बहुत सारे कलर चॉइस लैके आए हैं। काफ़ी सारी डिमांड रही सी सानू पशमीना दे कलर दिखाओ, भी प्लेन स्टफ दिखाओ जी। प्योर पशमीना होएगा, रामटेक्स दा होएगा जी, सारा ब्रांडेड सूट होणगे सारे। तो इन च जो भी थोड़ा पसंद होएगा स्क्रीनशॉट लैके, मेरा नंबर 8283 8283 81 नंबर है जी, इससे स्क्रीनशॉट लैके तुसी मैनू सेंड कर सकते हो। इन्हां दे नाल कोई दुपट्टा नहीं हैगा ते कोई वर्क नहीं हैगा। अगर थोनू नीड है वर्क दी जां दुपट्टे दी, ओह असीं थोड़ा थोनू करवा के देवांगे। दुपट्टा डाई करवाना है जां फिर थोड़े कोल दुपट्टे हुंदे ने, शाल हुंदे ने, तुसीं इन्हां नू इदां ही लैणा तां लै सकदे हो। ठीक है जी, शुरुआत करदे हैं अज दे सूट तो। बहुत सोहना सूट, किसी नूं नहीं कलर कहांगे क्योंकि इन्ने सारे कलर ने, 80 कलर ने जी सारे। सारे सोहने कलर लैके आए हैं, जो भी पसंद होया दस दिओ। ये हैगा जफर सूट, जिहड़ा ये सूट आ ये स्टफ आ, पहलां तां ही रामटेक्स दा स्टफ रहेगा जी। रामटेक्स भी बहुत तरह दा सूट शुरू कर देंदी है बनाना, जिद्दां प्लेन सूट तकरीबन 5-600 तो शुरू हो जाता है। मैं 5-600 वाला सूट लै के नहीं आई क्योंकि कंप्लेन होण दा डर रहिंदा जी, कई बार बुर वगैरह आ जाता। मैं हमेशा ही, मैनू इदां हुंदा कि जो भी मैं दवां उह वेस्ट दवां जी ते बुर वगैरह ना आवे। इस स्टफ ते पहलां तां बुर नहीं आना। ये नहीं हैगा कि अगर रामटेक्स दा सूट है तां तुहानूं 500 दा जां 600 दा कितों वी मिलदा है। रामटेक्स ਦਾ ਸੂਟ 600 ਤੋਂ ਲੈ ਕੇ ਤਕਰੀਬਨ ਪਲੇਨ ਸੂਟ 1500 ਤੱਕ ਦਾ ਹੁੰਦਾ ਜੀ। ਉਹਦੇ ਵਿੱਚ ਕਿਸੇ ਵਿੱਚ ਮਤਲਬ ਮਾੜਾ ਮੋਟਾ ਪ੍ਰਿੰਟ ਦਾ ਫਰਕ ਹੁੰਦਾ, ਕੋਈ ਡੋਟਸ ਆ ਜਾਂਦਾ, ਕੋਈ ਕਿੱਦਾਂ ਆ ਜਾਂਦਾ। ਪਰ ਜਿਹੜਾ ਇਹ ਵਾਲਾ ਸਟੱਫ ਹੈ ਜੀ, ਇਹ ਵੀ ਵੈਸਟ ਲੈ ਕੇ ਆਏ ਤੁਹਾਡੇ ਲਈ। ਸਾਰੇ ਸੂਟਾਂ ਦਾ ਪ੍ਰਾਈਸ 950 ਰਹੇਗਾ। ਜਿਹੜਾ ਵੀ ਤੁਹਾਨੂੰ ਪਸੰਦ ਆ ਸਕਰੀਨਸ਼ੋਟ ਲੈ ਕੇ ਸੈਂਡ ਕਰ ਸਕਦੇ ਹੋ। ਸਟੱਫ ਦੀ ਮੈਂ ਤੁਹਾਨੂੰ ਵਾਰ ਵਾਰ ਕਹਿੰਦੀ ਵੀ ਗਰੰਟੀ ਮੈਂ ਹਮੇਸ਼ਾ ਹੀ ਲੈਂਦੀ ਹੁੰਦੀ ਹਾਂ ਆਪਣੇ ਸਟੱਫ ਦੀ, ਅਤੇ ਬਹੁਤ ਵੈਸਟ ਸਟੱਫ ਰਹੇਗਾ ਜੀ। 5 ਮੀਟਰ ਦੀ ਕੱਟ ਰਹੇਗੀ ਸਾਰੇ ਸੂਟਾਂ ਦੀ। ਇੱਕ ਇੱਕ ਸੂਟ ਦੇ ਵਿੱਚ ਤੁਹਾਨੂੰ 3-3 ਕਲਰ ਮਿਲ ਜਾਣਗੇ। ਇੱਦਾਂ ਥਾਨ ਆਏ ਹੋਏ ਸੀਗੇ, ਇਹ ਮੈਂ ਹਾਲੇ ਇੱਕ ਇੱਕ ਸਿੰਗਲ ਸੂਟ ਕੱਟਿਆ ਕਿਉਂਕਿ ਥਾਨ ਦਿਖਾਉਣੇ ਵੀਡੀਓਜ਼ ਥੋੜ੍ਹੀ ਜਿਹੀ ਮੁਸ਼ਕਿਲ ਹੋ ਜਾਂਦੇ ਆ। ਇਹ ਹੈਗਾ ਜੀ ਅੱਜ ਦਾ ਫਸਟ ਸੂਟ। ਜ਼ਿਆਦਾਤਰ ਇਹਨਾਂ ਨੂੰ ਖੋਲ੍ਹ ਕੇ ਦਿਖਾਉਣ ਦੀ ਕੋਈ ਜ਼ਰੂਰਤ ਤਾਂ ਨਹੀਂ ਹੈਗੀ ਕਿਉਂਕਿ ਪਲੇਨ ਸਟੱਫ ਆ, ਸਿਰਫ ਤੁਸੀਂ ਕਲਰ ਹੀ ਦੇਖਣਾ ਹੈ। 5 ਮੀਟਰ ਦਾ ਸੂਟ ਹੋਏਗਾ, ਜੋ ਵੀ ਇਹਨਾਂ 'ਚੋਂ ਪਸੰਦ ਆ ਸਕਰੀਨਸ਼ੋਟ ਲੈ ਕੇ ਮੇਰੇ ਨੰਬਰ 'ਤੇ ਭੇਜ ਸਕਦੇ ਹੋ। 950 ਪ੍ਰਾਈਸ ਰਹੇਗਾ ਜੀ ਅੱਜ ਦੀ ਸਾਰੀ ਵੀਡੀਓ ਦਾ। ਇਹ ਹੈਗਾ ਇਹਦੇ ਵਿੱਚ ਨੈਕਸਟ ਕਲਰ। ਠੀਕ ਹੈ, ਕਲਰ ਦੇਖੀ ਜਾਇਓ। ਤੁਹਾਨੂੰ ਇੱਕ ਭੈਣ ਨੇ ਕਮੈਂਟ ਕੀਤਾ ਹੋਇਆ ਸੀਗਾ ਕਿ ਥੋੜ੍ਹਾ ਜਿਹਾ ਫੋਕਸ ਕਰਿਆ ਕਰੋ ਵੀਡੀਓ 'ਤੇ, ਅਸੀਂ ਸਕਰੀਨਸ਼ੋਟ ਲੈਣਾ ਸਾਨੂੰ ਈਜ਼ੀ ਹੋ ਜਾਵੇ, 2 ਮਿੰਟ ਵਾਸਤੇ ਤੁਸੀਂ ਸਾਨੂੰ ਦਿਖਾਇਆ ਕਰੋ ਅਤੇ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਜੀ ਕਲਰ। ਹੁਣ ਦੱਸ ਦਿਆ ਕਰੋ ਪਲੀਜ਼ ਕਿਸੇ ਨੂੰ ਕਿੱਦਾਂ ਦਾ ਕੋਈ ਪ੍ਰੋਬਲਮ ਆਉਂਦੀ ਹੈ ਤਾਂ, ਕਿਉਂਕਿ ਅਸੀਂ ਤਾਂ ਹਰ ਰੋਜ਼ ਵੀਡੀਓ ਬਣਾਉਣੀ ਹੁੰਦੀ ਹੈ, ਸੋ ਥੋੜ੍ਹਾ ਸਾਡੇ ਲਈ ਵੀ ਗਾਈਡਨੈਂਸ ਮੈਨੂੰ ਵੀ ਕਰ ਦਿਆ ਕਰੋ ਤੁਸੀਂ। ਥੈਂਕ ਯੂ ਭੈਣੇ ਤੇਰਾ ਸਲਾਹ ਦੇਣ ਵਾਸਤੇ। ਕਲਰ ਦੇਖੀ ਜਾਇਓ ਜੀ, ਮੈਨੂੰ ਖੁਦ ਨਹੀਂ ਅੱਧਿਆਂ ਕਲਰਾਂ ਦਾ ਤਾਂ ਨਾਮ ਪਤਾ ਹੈਗਾ, ਇਹਨਾਂ ਦਾ ਕੀ ਨਾਮ ਹੋਏਗਾ। ਜਿਨ੍ਹਾਂ ਦਾ ਪਤਾ ਜੀ ਉਹਨਾਂ ਦਾ ਦੱਸੀ ਜਾਵਾਂਗੇ। ਠੀਕ ਹੈ, ਇਹਨੂੰ ਆਪਾਂ ਲਾਈਟ ਪਰਪਲ ਡਾਰਕ, ਜਿੱਦਾਂ ਅੱਜ ਕੱਲ੍ਹ ਲਵੈਂਡਰ ਕਲਰ ਦਾ ਕਾਫੀ ਟਰੈਂਡ ਚੱਲ ਰਿਹਾ, ਉਹ ਵਾਲੇ ਕਲਰ ਆ ਗਏ ਜੀ। ਇਹ ਪਿੰਕ ਪੀਚ ਕਲਰ ਆ ਗਿਆ। ਇੱਕੋ ਹੀ ਕਲਰ ਦਿਖਾਈ ਇੱਕ ਟਾਈਮ। ਇਹ ਬਲੈਕ ਕਲਰ ਆ ਗਿਆ। ਮਤਲਬ ਜਿੱਦਾਂ ਇੱਕ ਇੱਕ ਸੂਟ ਆ ਤਾਂ ਇਹਦੇ ਵਿੱਚ ਮੇਰੇ ਕੋਲ 3-3 ਸੂਟ ਹੈਗੇ ਨੇ, ਪੂਰੇ ਥਾਨ ਹੈਗੇ ਨੇ ਜੀ। 15 ਮੀਟਰ ਦਾ ਥਾਨ ਆ, ਕੋਈ 15 ਦਾ, ਕੋਈ 20 ਦਾ, ਕਿਸੇ ਵਿੱਚ 3 ਸੂਟ ਨੇ, ਕਿਸੇ ਵਿੱਚ 4 ਸੂਟ ਨੇ। ਇਹ ਆ ਗਿਆ ਨੇਵੀ ਬਲੂ, ਇਹ ਨੇਵੀ ਬਲੂ ਕਲਰ ਆ। ਨੈਕਸਟ ਆ ਗਿਆ ਜੀ ਗ੍ਰੇ ਕਲਰ। ਦੁਪੱਟੇ ਤੁਹਾਡੇ ਕੋਲ ਹੋਣਗੇ, ਸ਼ਾਲ ਤੁਹਾਡੇ ਕੋਲ ਹੋਣਗੇ, ਤੁਸੀਂ ਇਹਨਾਂ 'ਤੇ ਵਰਕ ਕਰਾਉਣਾ ਤਾਂ ਪਲੀਜ਼ ਤੁਸੀਂ ਮੈਨੂੰ ਵਰਕ ਦੀ ਖੁਦ ਫੋਟੋ ਪਾ ਦਿਉ ਵੀ ਇਹ ਵਾਲਾ ਵਰਕ ਅਸੀਂ ਇਸ ਸੂਟ 'ਤੇ ਕਰਵਾਉਣਾ, ਤਾਂ ਮੈਂ ਉਹ ਵੀ ਤੁਹਾਡੇ ਲਈ ਕਰਵਾ ਕੇ ਦੇ ਦਾਂਗੀ। ਪਰ ਉਹਦੇ ਲਈ ਮੈਨੂੰ ਟਾਈਮ ਚਾਹੀਦਾ ਹੋਏਗਾ ਜੀ। ਇਹ ਫਿਰ ਤੋਂ ਬਲੈਕ ਆ ਗਿਆ। ਠੀਕ ਹੈ, ਇਹ ਆ ਗਿਆ ਜੀ ਆਪਣਾ ਵਾਈਨ ਸ਼ੇਡ। ਵਾਈਨ ਦੇ ਵਿੱਚ ਹਲਕਾ ਹਲਕਾ ਤੁਸੀਂ ਖੁਦ ਦੇਖੋ, ਹਲਕੀ ਹਲਕੀ ਨਾ, ਜਿੱਦਾਂ ਇੱਕ ਬਲੈਕਿਸ਼ ਦੀ ਟੋਨ ਵੀ ਭੜਕਦੀ ਹੈ ਇਸ ਦੇ ਵਿੱਚ, ਪ੍ਰੋਪਰ ਆ ਰਿਹਾ। ਹਾਂਜੀ, ਅਤੇ ਇਹਨਾਂ ਵਿੱਚ ਹਰ ਇੱਕ ਏਜ ਲਈ ਸੂਟ ਹੋਣਗੇ। ਇਹ ਜਿੱਦਾਂ ਦੇਖੋ ਮੰਮੀਆਂ ਦਾਦੀਆਂ ਦੇ ਪਾਉਣ ਲਈ ਸੂਟ, ਬਹੁਤ ਪਿਆਰਾ ਹੈ। ਗਰਮ ਸੂਟ ਹੋਣਗੇ ਜੀ,
कहिंदे आ गया प्योर पशमीना हुण आ जाएगा पसीना ਉਹ ਵਾਲੇ ਸੂਟ ਨੇ ਇਹ। ਠੀਕ ਹੈ ਜੀ, ਇਹ ਰਾਮਟੈਕਸ ਬ੍ਰਾਂਡ ਰਹੇਗਾ ਸਾਰਾ, ਨੌ ਸੌ ਪੰਜਾਹ ਇਹਨਾਂ ਦਾ ਪ੍ਰਾਈਸ ਰਹੇਗਾ, 1500। ਕਲਰ ਇਹ ਵੀ ਬਹੁਤ ਪਿਆਰਾ ਹੈ, ਨੈਕਸਟ ਆ ਗਿਆ ਜੀ ਸਕਿਨ ਗੋਲਡਨ ਕਲਰ, ਨੈਕਸਟ ਆ ਗਿਆ ਜੀ ਇਹ ਮਹਿੰਦੀ ਗ੍ਰੀਨ ਜਿਹਾ ਕਲਰ ਆ, ਡਾਰਕ ਗ੍ਰੀਨ ਕਲਰ ਹੈ ਜੀ, ਡਾਰਕ ਗ੍ਰੀਨ। ਇਹ ਆ ਗਿਆ ਗਾਜਰੀ ਕਲਰ, ਕਲਰ ਸਾਰੇ ਇੱਕ ਤੋਂ ਇੱਕ ਨੇ ਜੀ। ਇਹ ਆ ਗਿਆ ਵਾਈਨ ਸ਼ੇਡ, ਜਿੱਦਾਂ ਤੁਹਾਨੂੰ ਗਾਜਰੀ ਮੈਂ ਨੀਚੇ ਵੀ ਦਿਖਾਇਆ ਉਸ 'ਤੇ ਇਹਦੇ ਵਿੱਚ ਫਰਕ ਰਹੇਗਾ ਜੀ, ਸਾਰੇ ਕਲਰਾਂ ਦੇ ਵਿੱਚ ਆਪਣਾ ਆਪਣੇ ਟੋਨ ਦਾ ਫਰਕ ਰਹੇਗਾ, ਅਲੱਗ ਅਲੱਗ ਟੋਨ ਦੇ ਸੂਟ ਰਹਿਣਗੇ ਸਾਰੇ। ਕੋਈ ਵੀ ਕਲਰ ਤੁਹਾਨੂੰ ਪਸੰਦ ਆ ਸਕਰੀਨਸ਼ੋਟ ਲੈ ਕੇ ਨੰਬਰ 'ਤੇ ਸੈਂਡ ਕਰ ਦਿਉ, ਪੇਮੈਂਟ ਔਨਲਾਈਨ ਰਹੇਗੀ ਜੀ ਸਾਰੀ, ਤੁਸੀਂ ਜੋ ਵੀ ਸੂਟ ਤੁਹਾਨੂੰ ਪਸੰਦ ਆ ਨਾਲ ਦੀ ਨਾਲ ਪੇਮੈਂਟ ਕਰਵਾ ਕੇ ਮੈਂ ਤੁਹਾਨੂੰ ਗੂਗਲ ਪੇ ਨੰਬਰ ਦੇਵਾਂਗੀ ਆਪਣਾ, ਪੇਟੀਐਮ ਜਾਂ ਗੂਗਲ ਪੇ ਇੰਡੀਆ ਦੇ ਵਿੱਚ, ਤੁਸੀਂ ਉਸ 'ਤੇ ਪੇਮੈਂਟ ਕਰਵਾ ਸਕਦੇ ਹੋ। ਜੋ ਮੇਰਾ 8283 ਵਾਲਾ ਨੰਬਰ ਹੈ ਜੀ ਉਸ 'ਤੇ ਮੇਰਾ ਕੋਈ ਵੀ ਔਨਲਾਈਨ ਮੈਥਡ ਨਹੀਂ ਹੈਗਾ, ਉਹ ਮੇਰਾ ਅਲੱਗ ਤੋਂ ਹੈ ਜੀ ਨੰਬਰ ਜਿਹੜਾ ਗੂਗਲ ਪੇ ਵਾਲਾ ਪੇਮੈਂਟ ਵਾਲਾ। ਨੇਵੀ ਬਲੂ ਕਲਰ, ਇਹ ਆ ਗਿਆ ਜੀ ਗ੍ਰੀਨਿਸ਼ ਅਤੇ ਫਿਰੋਜ਼ੀ ਕਲਰ, ਇਹ ਗ੍ਰੀਨ ਟੋਨ 'ਤੇ ਆ ਫਿਰੋਜ਼ੀ। ਨੈਕਸਟ ਹੈਗਾ ਜੀ ਕਰੀਮ ਕਲਰ, ਠੀਕ ਹੈ ਇਹਨਾਂ ਨੂੰ ਅਸੀਂ ਹੁਣ ਹਟਾ ਦਈਏ ਅਤੇ ਫਿਰ ਹੋਰ ਕਲਰ ਦਿਖਾਉਂਦੇ ਹਾਂ। ਬਹੁਤ ਪਿਆਰਾ ਸਟੱਫ ਹੈ ਜੀ, ਸਟੱਫ ਬਹੁਤ ਸੋਹਣਾ, ਮੈਰੂਨ ਕਲਰ ਆ ਇਹਦੇ ਵਿੱਚ, ਇਹ ਬਲੈਕਿਸ਼ ਤਾਂ ਮੈਰੂਨ ਆ ਕਿਉਂਕਿ ਆਹ ਦੇਖੋ ਤੁਸੀਂ ਬਲੈਕ ਥਰੈਡ ਆ ਨਾ ਜਿਹੜਾ, ਇਹਦੀ ਦੋ ਥਰੈਡਾਂ ਨਾਲ ਬੁਣਤੀ ਹੋਈ ਵੀ ਹੈ ਮੈਰੂਨ ਅਤੇ ਬਲੈਕ ਦੇ ਨਾਲ। ਬਹੁਤ ਪਿਆਰਾ ਕਲਰ ਵੀ ਬਹੁਤ ਸੋਹਣਾ ਅਤੇ ਸਟੱਫ ਵੀ ਬਹੁਤ ਪਿਆਰਾ। ਇਹ ਹੈਗਾ ਪੀਚ ਗਾਜਰੀ ਜਿਹਾ ਸੂਟ ਹੈ, ਵੀ ਪੀਚ ਪਿੰਕ ਜਿਹਾ ਸੂਟ ਆ। ਮੈਂ ਤੁਹਾਨੂੰ ਪੀਚ ਪਿੰਕ ਦੀਆਂ ਟਰਾਈ ਕਰਦੀ ਹਾਂ ਵੀ ਅਗਰ ਸਾਰੇ ਮੈਂ ਇੱਕੋ ਸਾਰ 'ਚ ਤੁਹਾਨੂੰ ਦਿਖਾ ਸਕਾਂ। ਇਹ ਕਲਰ ਦੇਖੋ ਪੀਚ ਟੋਨ ਵਾਲੇ ਸੂਟ ਦਿਖਾਉਂਦੀ ਹਾਂ ਹੁਣ ਮੈਂ ਤੁਹਾਨੂੰ, ਪਿੰਕ ਟੋਨ 'ਤੇ ਆਉਣਗੇ ਜਿਹੜੇ, ਅੱਧੇ ਤਾਂ ਲੰਘ ਚੁੱਕੇ ਆ ਜੀ ਕਾਫੀ ਦੂਸਰੇ ਉਸ ਸੈੱਟ ਵਿੱਚ, ਅਤੇ ਠੀਕ ਹੈ ਜੀ। ਹਰ ਸੂਟ ਅਲੱਗ ਰਹੇਗਾ, ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ੋਟ ਲੈ ਕੇ ਮੇਰੇ ਨੰਬਰ 'ਤੇ ਸੈਂਡ ਕਰ ਸਕਦੇ ਹੋ। ਇਹ ਵੀ ਕਲਰ ਬਹੁਤ ਪਿਆਰਾ, ਬਹੁਤ ਸੋਹਣਾ ਕਲਰ ਹੈ। ਕਲਰ ਇੱਕ ਤੋਂ ਇੱਕ ਨੇ, ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ੋਟ ਲੈ ਕੇ ਨੰਬਰ 'ਤੇ ਸੈਂਡ ਕਰ ਸਕਦੇ ਹੋ। ਇਹ ਮੈਂ ਤੁਹਾਨੂੰ ਪੀਚ ਪਿੰਕ ਟੋਨ 'ਤੇ ਦਿਖਾ ਰਹੀ ਹਾਂ ਸਾਰੇ, ਮੈਂ ਤੁਹਾਨੂੰ ਦਿਖਾ ਰਹੀ ਹਾਂ ਵੀ ਇੰਨੇ ਸਾਰੇ ਕਲਰ ਨੇ ਵੀ ਖੁਦ ਨਹੀਂ ਪਤਾ ਹੈਗਾ ਇਹਨਾਂ ਦਾ ਕੀ ਨਾਮ ਲਈਏ ਕੀ ਨਾਮ ਲਈਏ। ਕਲੀਅਰ ਆ ਰਹੇ ਕਲਰ, ਕਲਰ ਸਾਰੇ ਐਗਜੈਕਟ ਆ ਰਹੇ ਆ ਜੀ ਜਿਹੜੇ ਵੀਡੀਓ ਵਿੱਚ ਕਲਰ ਨੇ, ਹੁਣ ਤੁਹਾਡੀ ਸਕਰੀਨ 'ਤੇ ਕੀ ਆਉਂਦਾ ਮੈਨੂੰ ਪਤਾ ਨਹੀਂ ਹੈਗਾ। ਇਹ ਮਾਊਸ ਕਲਰ ਆ ਗਿਆ, ਇਹ ਬਿਲਕੁਲ ਲਾਈਟ ਜਿਹਾ ਕਲਰ ਆ ਗਿਆ, ਬਹੁਤ ਪਿਆਰਾ ਕਲਰ ਆ, ਕੀ ਆ ਲਾਈਟ ਜਿਹਾ ਸ਼ੇਡ ਆ। ਕਲਰ ਬਹੁਤ ਸਾਰੇ ਨੇ, ਬਹੁਤ ਸਾਰੇ ਕਲਰ ਨੇ, 100 ਕਲਰਾਂ ਦਾ ਔਡਰ ਕੀਤਾ ਸੀਗਾ, ਮੈਨੂੰ 100 ਕਲਰ ਤਾਂ ਨਹੀਂ ਮਿਲੇ ਪਰ 80 ਕਲਰ ਮਿਲ ਗਏ ਨੇ ਜੀ। ਇਹਨਾਂ ਵਿੱਚੋਂ ਤੁਸੀਂ ਚੋਇਸ ਕਰ ਸਕਦੇ ਹੋ, ਜਿਹੜਾ ਵੀ ਸੂਟ ਪਸੰਦ ਆਉਂਦਾ ਸਕਰੀਨਸ਼ੋਟ ਲੈ ਕੇ ਸੈਂਡ ਕਰ ਸਕਦੇ ਹੋ। ਤੁਸੀਂ ਸ਼ਾਲ ਲੈਣੇ ਨੇ,
ਜਾਂ ਦੁਪੱਟੇ ਲੈਣੇ, ਦੁਪੱਟੇ ਮੇਰੇ ਲਈ ਈਜ਼ੀ ਹੋਣਗੇ ਥੋੜ੍ਹੇ ਸ਼ਾਲ ਦਾ, ਕਿਉਂਕਿ ਮੇਰਾ ਕੰਮ ਨਹੀਂ ਹੈਗਾ, ਸ਼ਾਲ ਮੈਂ ਇੱਕ ਡਿਮਾਂਡ ਕਰਕੇ ਦਿਖਾਏ ਸੀਗੇ, ਪਰ ਉਹਨਾਂ ਦੇ ਮੈਨੂੰ ਅੱਜ ਵੀ ਮੈਸੇਜ ਆਈ ਜਾਂਦੇ ਆ ਜੋ ਨਾਲ ਦੀ ਨਾਲ ਸ਼ਾਲ ਮੇਰੇ ਸਾਰੇ ਸਟੋਕ ਕਲੀਅਰ ਹੋ ਗਿਆ ਸੀ। ਇਹ ਦੇਖੋ ਕਲਰ ਕਿੰਨਾ ਪਿਆਰਾ, ਪੀਕੌਕ ਮੋਰ ਪੰਖੀ ਕਲਰ, ਇਹ ਵੀ ਕਲਰ ਸੋਹਣਾ ਹੈ, ਸਕਿਨ ਲਾਈਟ। ਗ੍ਰੇ ਕਲਰ, ਬਲੈਕ, ਬਲੈਕ ਦੇ ਵੀ ਦੋ ਕਲਰ ਆਏ ਨੇ, ਇੱਕ ਬਿਲਕੁਲ ਜ਼ੈੱਡ ਬਲੈਕ ਆ, ਇੱਕ ਹਲਕਾ ਜਿਹਾ ਫਰਕ ਹੈ ਇਹਦੇ। ਮੈਂ ਬਲੈਕ ਜੇ ਦੋ ਵਾਰੀ ਦਿਖਾਇਆ ਤਾਂ ਉਹਦੇ ਦੋਨੋਂ ਵਾਰੀ ਕਲਰ ਚੇਂਜ ਹੋਣਗੇ। ਇਹ ਆ ਗਿਆ ਪੈਰਟ ਕਲਰ। ਪਹਿਲਾਂ ਤੁਹਾਨੂੰ ਕਾਲਸ ਵਾਲਾ ਮੈਰੂਨ ਦਿਖਾਇਆ ਸੀਗਾ ਅਤੇ ਹੁਣ ਇਹ ਪ੍ਰੋਪਰ ਮੈਰੂਨ ਕਲਰ ਆ। ਪਹਿਲਾਂ ਦੋ ਕਲਰਾਂ ਵਿੱਚ ਬੁਣਤੀ ਹੋਈ ਵੀ ਸੀਗੀ ਇਸ ਕਲਰ ਦੀ। ਇਹ ਆ ਗਿਆ ਨਿਓਨ ਸ਼ੇਡ, ਠੀਕ ਹੈ ਜੀ। ਨੈਕਸਟ ਆ ਗਿਆ ਮਹਿੰਦੀ ਕਲਰ, ਤੁਸੀਂ ਇਹਨਾਂ ਦੇ ਦੇਖ ਸਕਦੇ ਹੋ ਕਲਰ ਸਾਰੇ, ਥੋੜ੍ਹਾ ਫੋਕਸ। ਪ੍ਰਾਈਸ ਨਹੀਂ, ਅਗਰ ਕਿਸੇ ਨੇ ਵੀ ਪ੍ਰਾਈਸ ਪੁੱਛੇ ਇਹਨਾਂ ਦਾ ਪ੍ਰਾਈਸ ਕੀ ਆ ਜੀ, ਫਿਰ ਥੋੜ੍ਹਾ ਜਿਹਾ ਮੁਸ਼ਕਿਲ ਹੋ ਜਾਏਗਾ ਦੱਸਣਾ, ਕਿਉਂਕਿ ਜਿਹਨੇ ਲੈਣਾ ਉਹਨੇ ਤਾਂ ਮੈਂ ਵੀਡੀਓ 'ਚ ਕਾਫੀ ਵਾਰੀ ਇਹਨਾਂ ਦੇ ਪ੍ਰਾਈਸ ਦੱਸਤੇ। 950 ਪ੍ਰਾਈਸ ਰਹੂਗਾ। ਜੋ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ੋਟ ਲੈ ਕੇ ਮੇਰੇ ਨੰਬਰ 'ਤੇ ਸੈਂਡ ਕਰ ਸਕਦੇ ਹੋ। ਕਲਰ ਦੇਖੋ, ਹਰੇਕ ਕਲਰ ਹੈ ਜੀ, ਲਾਈਟ ਡਾਰਕ ਜਿਹੋ ਜਿਹਾ ਮਰਜ਼ੀ ਕਲਰ ਤੁਸੀਂ ਚੋਇਸ ਕਰ ਸਕਦੇ ਹੋ। ਇਹ ਵੀ ਕਲਰ ਬਹੁਤ ਸੋਹਣਾ ਹੈ। ਇਹਦੇ ਨਾਲ ਤੁਸੀਂ ਬਲੈਕ ਸ਼ਾਲ ਲਿਆ ਹੋਇਆ ਬਹੁਤ ਸੋਹਣਾ ਲੱਗੇਗਾ। ਵੈਸੇ ਤਾਂ ਬਲੈਕ ਸ਼ਾਲ ਤੁਸੀਂ ਪਲੇਨ ਲਿਆ ਹੋਇਆ ਹੋਏਗਾ ਤਾਂ ਕਿਸੇ ਵੀ ਸੂਟ ਨਾਲ ਚੱਲ ਜਾਏਗਾ, ਅਗਰ ਤੁਸੀਂ ਪਲੇਨ ਸੂਟ ਵੀ ਬਣਾਉਣਾ ਹੈ ਤਾਂ। ਇਹ ਰਸਟੀ ਜਿਹਾ ਸ਼ੇਡ ਆ ਜਾਂਦਾ ਹੈ, ਮੈਰੂਨ ਰਸਟੀ। ਇਹ ਹੈਗਾ ਨੇਵੀ, ਅਤੇ ਇੱਕ ਸੂਟ ਇਹ ਹੈ ਜੀ। ਇਹ ਇੱਦਾਂ ਦੇ ਥਾਨ ਹੈ ਮੇਰੇ ਕੋਲ, ਇਹ ਮੈਂ ਤੁਹਾਨੂੰ ਤਾਂ ਦਿਖਾਇਆ ਇੱਕ ਸੂਟ ਕਿਉਂਕਿ ਤੁਹਾਨੂੰ ਇਹ 15 ਮੀਟਰ ਦਾ ਥਾਨ ਆ, ਕਿਸੇ 'ਤੇ 20 ਮੀਟਰ ਆ ਜੀ, ਕਿਸੇ 'ਤੇ 15 ਮੀਟਰ ਆ। ਅਤੇ ਇਹਦੇ ਵਿੱਚ ਹੁਣ ਜਿੱਦਾਂ 3 ਸੂਟ ਨੇ, ਇੱਦਾਂ ਦੇ ਥਾਨ ਨੇ ਮੇਰੇ ਕੋਲ ਸਾਰੇ। ਇਹ ਮੈਂ ਕਟਿੰਗ ਕਰਕੇ ਦਿਖਾਈ ਸੀ ਕਿਉਂਕਿ ਥੋੜ੍ਹਾ ਈਜ਼ੀ ਹੋ ਜਾਂਦਾ ਦਿਖਾਉਣਾ। ਅਤੇ ਇੱਕ ਕਲਰ ਇਹ ਵੀ ਆ, ਅਤੇ ਜੋ ਵੀ ਇਹਨਾਂ 'ਚੋਂ ਪਸੰਦ ਆਉਂਦਾ ਸਕਰੀਨਸ਼ੋਟ ਲੈ ਕੇ ਨੰਬਰ 'ਤੇ ਸੈਂਡ ਕਰੋ ਜੀ। ਉਹ ਕੋਸ਼ਿਸ਼ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਰੇ ਕਲਰ ਪਸੰਦ ਆਏ ਹੋਣਗੇ। ਫੈਬਰਿਕ ਵੈਸਟ ਉਹ ਮੈਂ ਤੁਹਾਨੂੰ ਕਹਿ ਰਹੀ ਹਾਂ ਜੀ, ਇਹਨਾਂ 'ਤੇ ਬੁਰ ਵਗੈਰਾ ਬਿਲਕੁਲ ਨਹੀਂ ਆਏਗਾ। ਅਤੇ ਬਾਕੀ ਜੋ ਵੀ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ੋਟ ਲੈ ਕੇ ਮੈਨੂੰ ਜ਼ਰੂਰ ਦੱਸਿਓ, ਉਹ ਸੋਰੀ ਫੋਟੋ ਜ਼ਰੂਰ ਸੈਂਡ ਕਰ ਦਿਓ। ਕਮੈਂਟ ਕਰਕੇ ਜ਼ਰੂਰ ਦੱਸ ਦਿਓ ਕਿ ਕਲਰ ਤੁਹਾਨੂੰ ਕਿੱਦਾਂ ਦੇ ਲੱਗੇ, ਕਿਉਂਕਿ ਕੋਸ਼ਿਸ਼ ਕਰਦੀ ਹੁੰਦੀ ਹਾਂ ਤੁਹਾਡੀ ਡਿਮਾਂਡ ਨੂੰ ਹਰ ਟਾਈਮ ਪੂਰਾ ਕਰਨ ਦੀ। ਅਤੇ ਤੁਹਾਡਾ ਇੱਕ ਕਮੈਂਟ ਹੀ ਮੈਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕਰਦਾ ਹੈ ਨਾ। ਇੱਕ ਕਮੈਂਟ ਕਰਕੇ ਜ਼ਰੂਰ ਦੱਸਦੇ ਅਗਰ ਉਹ ਕਿੱਦਾਂ ਦੀ ਕੁਲੈਕਸ਼ਨ ਲੈਦੀ ਹੈ, ਕਿੱਦਾਂ ਦੇ ਕਲਰ ਲੱਗੇ। ਜੋ ਵੀ ਡਿਮਾਂਡ ਆ ਜਲਦੀ ਹੋਰ ਸਭ ਦੀਆਂ ਪੂਰੀਆਂ ਕਰਾਂਗੇ ਜੀ। ਵੀਡੀਓ ਨੂੰ ਦੇਖਣ ਲਈ ਥੈਂਕ ਯੂ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਥੈਂਕ ਯੂ ਸੋ ਮੱਚ।